ਜੀ ਸਿਮਰ ਜੀ, ਦੇਖੋ ਅੱਜ ਕੱਲ੍ਹ ਤਕਨੀਕੀ ਸਿੱਖਿਆ ਜਿਹੜੀ ਹੈ ਬਹੁਤ ਵੱਧ ਰਹੀ ਹੈ, ਇਹਦਾ ਰੁਝਾਨ ਬਹੁਤ ਵੱਧ ਰਿਹਾ, ਇਹਦੇ ਵਿੱਚ ਮਤਲਬ ਇਹਦੇ ਨਾਲ ਕਿੰਨੀ ਕੁ ਸਾਡੀ ਸੋਚ ਬਦਲ ਰਹੀ ਹੈ, ਸਾਡੀ ਸੋਚ ਦੇ ਵਿੱਚ ਕੀ ਫਰਕ ਪੈ ਰਿਹਾ? ਤਕਨੀਕੀ ਸਿੱਖਿਆ ਦੀ ਜਿੱਥੇ ਤੱਕ ਤੁਸੀਂ ਗੱਲ ਕਰਦੇ ਹੋ, ਇੱਕ ਰਿਸਰਚ ਪ੍ਰੋਜੈਕਟ ਪਿੱਛੇ ਜਿਹਾ ਆਇਆ ਸੀ ਕਿ ਇੰਡੀਆ ਕਾਫੀ ਜ਼ਿਆਦਾ ਨੰਬਰਸ ਤਾਦਾਦ ਵਿੱਚ ਇੰਜੀਨੀਅਰਸ ਹਰ ਸਾਲ ਕ੍ਰੀਏਟ ਹੋ ਰਹੇ ਨੇ, ਪਰ 100 ਚੋਂ ਸਿਰਫ 25 ਇੰਜੀਨੀਅਰਸ ਨੂੰ ਜੋਬ ਦਿੱਤੀ ਜਾ ਸਕਦੀ ਹੈ ਮਲਟੀਨੈਸ਼ਨਲ ਕੰਪਨੀ ਲੈਵਲ ਦੇ ਅਕੋਰਡਿੰਗ। ਯਾਨੀ ਫਿਰ ਉਹ 100 ਚੋਂ 75 ਜਿਹੜੇ ਬੱਚੇ ਜਿਨ੍ਹਾਂ ਨੂੰ ਜੋਬ ਨਹੀਂ ਦਿੱਤੀ ਜਾ ਸਕਦੀ, ਉਹ ਕੀ ਕਰਨਗੇ? ਉਹ ਨਸ਼ਿਆਂ ਵੱਲ ਪੈਣਗੇ, ਉਹ ਨੈਗੇਟਿਵ ਸੋਚ ਵੱਲ ਪੈਣਗੇ, ਉਹ ਆਪਣੇ ਆਪ ਨੂੰ ਤਬਾਹ ਕਰਨਗੇ। ਸੋ ਇਹ ਆਪਾਂ ਤਾਦਾਦ ਦੀ ਕੁਆਂਟਿਟੀ ਦੀ ਗੱਲ ਨਾ ਕਰੀਏ ਸਿਰਫ, ਕੁਆਲਿਟੀ ਜ਼ਰੂਰ ਆਪਾਂ ਅੱਗੇ ਵੱਧ ਗਏ ਹਾਂ, ਪਰ ਕੁਆਲਿਟੀ 'ਚ ਅਸੀਂ ਹਾਲੇ ਵੀ ਪਿੱਛੇ ਹਾਂ। ਹੁਣ ਦੇਖੋ ਨਾ, ਕੋਈ ਜ਼ਮਾਨਾ ਸੀ 2-3 ਇੰਜੀਨੀਅਰਿੰਗ ਕਾਲਜ ਸੀਗੇ ਪੰਜਾਬ ਦੇ ਵਿੱਚ, ਹੁਣ ਦੇ ਕੋਈ ਗਿਣਤੀ ਅਣਗਿਣਤ ਇੰਜੀਨੀਅਰਿੰਗ ਕਾਲਜ ਤੇ ਖੁੱਲ ਗਏ ਨੇ। ਇਹ ਜਿਹੜਾ ਟ੍ਰੈਂਡ ਹੈ, ਇਹ ਸਾਡੇ ਨੌਜਵਾਨ ਪੀੜ੍ਹੀ ਨੂੰ ਕਿਹੜੇ ਪਾਸੇ ਲੈ ਕੇ ਜਾ ਰਹੇ ਹਨ? ਰੰਧਾਵਾ ਸਾਹਿਬ, ਇਹਦਾ ਪਲੱਸ ਵੀ ਹੈ, ਮਾਈਨਸ ਵੀ ਹੈ। ਪਲੱਸ ਇੱਦਾਂ ਕਿ ਜਿਹੜੇ ਬੱਚੇ ਨੂੰ ਪਹਿਲੇ ਸੀਟ ਨਹੀਂ ਸੀ ਮਿਲ ਸਕਦੀ, ਅੱਜ ਨੂੰ ਉਹਦੇ ਕੋਲ ਮੌਕਾ ਹੈ ਕਿ ਉਹ ਇੰਜੀਨੀਅਰ ਬਣ ਸਕਦਾ, ਉਹ ਪੜ੍ਹ ਸਕਦਾ। ਮਾਈਨਸ ਇਹ ਹੈ ਕਿ ਬੱਚੇ ਜਿੰਨਾ ਪਹਿਲੇ ਜ਼ੋਰ ਲਗਾਉਂਦੇ ਸੀਗੇ ਇੰਜੀਨੀਅਰਿੰਗ 'ਚ ਪਹੁੰਚਣ ਦੀ, ਜੋ ਜਿੰਨਾ ਉਹਨਾਂ ਦੀ ਡਿਜ਼ਾਇਰ ਸੀਗੀ, ਅੰਦਰੂਨੀ ਇੱਛਾ ਸੀਗੀ ਇੰਜੀਨੀਅਰ ਬਣਨ ਦੀ, ਉਹ ਕਿਉਂਕਿ ਸੀਟਾਂ ਆਸਾਨੀ ਨਾਲ ਉਪਲਬਧ ਹੋ ਗਈਆਂ, ਸ਼ਾਇਦ ਥੋੜ੍ਹੀ ਉਹ ਘੱਟ ਗਈ ਹੈ। ਪਲੱਸ ਅਸੀਂ ਰਿਸਰਚ ਵੱਲ, ਪ੍ਰੈਕਟੀਕਲ ਜਿਹੜਾ ਸਾਡਾ ਜਿਹੜਾ ਇੱਥੇ ਸਾਡੀ ਜਿਹੜੀ ਸਿੱਖਿਆ ਪ੍ਰਣਾਲੀ ਨੂੰ ਵੀ ਥੋੜ੍ਹਾ ਬਦਲਣ ਦੀ ਜ਼ਰੂਰਤ ਹੈ ਕਿ ਸਿਰਫ ਥਿਊਰੀ 'ਚ ਨਹੀਂ ਅਸੀਂ ਪ੍ਰੈਕਟਿਸ ਵੱਲ ਵੀ ਜਾਈਏ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਸ਼ੇਅਰ ਕਰਦਾ ਕਿ ਇੱਕ ਕਾਲਜ ਅਸੀਂ ਗਰੁੱਪ ਡਿਸਕਸ਼ਨਸ ਦੀ ਤਿਆਰੀ ਕਰਾ ਰਹੇ ਸੀ ਕੰਪਨੀ ਦੀ ਸਿਲੈਕਸ਼ਨ ਪ੍ਰੋਸੈਸ ਤੋਂ। ਇੰਟਰਵਿਊ ਤੋਂ ਪਹਿਲਾਂ ਗਰੁੱਪ ਡਿਸਕਸ਼ਨ ਹੁੰਦੀ, ਬਿਠਾ ਕੇ ਕੋਈ ਵਿਵਾਦ ਦਾ, ਕੋਈ ਉਹਨਾਂ ਨੂੰ ਟੋਪਿਕ ਦਿੱਤਾ ਜਾਂਦਾ, ਅਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਗਰੁੱਪ ਡਿਸਕਸ਼ਨ ਬਾਰੇ ਜਾਣਦੇ ਹੋ, ਕੀ ਤੁਸੀਂ ਕੀਤਾ? ਸਾਰੇ ਹੱਥ ਖੜੇ ਸੀ, ਜੀ ਸਰ ਅਸੀਂ ਗਰੁੱਪ ਡਿਸਕਸ਼ਨ 'ਤੇ ਅਸਾਈਨਮੈਂਟ ਪ੍ਰਿਪੇਅਰ ਕੀਤੀ। ਮੈਂ ਕਿਹਾ ਦੱਸੋ ਤੁਸੀਂ ਕੀ ਕੀਤਾ? ਉਹ ਇੱਕ ਨੋਟਬੁੱਕ ਲੈ ਕੇ ਆਏ ਮੇਰੇ ਕੋਲ, ਜਿਹਦੇ 'ਤੇ ਬੜੀ ਅੱਛੀ ਚਿੱਤਰਕਾਰੀ ਹੋਈ ਸੀ, ਬਹੁਤ ਵਧੀਆ ਕੀਤਾ ਸੀ। ਉਹਦੇ 'ਚ ਸਾਰੀ ਥਿਓਰੈਟੀਕਲੀ ਲਿਖਿਆ ਸੀ ਕਿ ਗਰੁੱਪ ਡਿਸਕਸ਼ਨ ਕੀ ਹੈ, ਪ੍ਰੈਕਟੀਕਲੀ ਜਦੋਂ ਅਸੀਂ ਉਹਨਾਂ ਨੂੰ ਟੋਪਿਕ ਦਿੱਤਾ ਕਿ ਬੱਚੋ ਤੁਸੀਂ ਬੋਲੋ, ਕੋਈ ਵੀ ਬੱਚਾ ਬੋਲ ਨਹੀਂ ਸਕਿਆ। ਸੋ ਥਿਊਰੀ 'ਚ ਅਸੀਂ ਕਾਫੀ ਤੇਜ਼ ਹਾਂ, ਜੋ ਕਿ ਪੁਰਾਣਾ ਹੀ ਸੋਚ ਦੇ ਅਕੋਰਡਿੰਗ ਜ਼ਰੂਰੀ ਸੀ, ਪਰ ਅੱਜ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਅੱਗੇ ਨਿਕਲਣ 'ਚ ਇੱਕ ਪ੍ਰੈਕਟੀਕਲ ਵੀ ਜਿਹੜੀ ਸ਼ੇਪ ਦੇ ਵਿੱਚ ਉਹਨਾਂ ਨੂੰ ਨੌਲੇਜ ਹੋਏ, ਇਹ ਬਹੁਤ ਜ਼ਰੂਰੀ। ਅਤੇ ਅੱਜ ਦੇ ਸਮੇਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਸਾਡੀ ਸਿੱਖਿਆ ਪ੍ਰਣਾਲੀ 'ਚ ਕਿਹੜੇ ਕਿਹੜੇ ਬਦਲਾਅ ਲਿਆਉਣ ਦੀ ਲੋੜ ਆ, ਤਾਂ ਕਿ ਅਸੀਂ ਵਧੀਆ ਜਿਹੜਾ ਨੌਜਵਾਨ ਨੂੰ ਸੇਧ ਦੇ ਸਕੀਏ? ਉਤਸੁਕਤਾ ਅਤੇ ਜਿਗਿਆਸਾ ਨੂੰ ਵਧਾਉਣ ਦੀ ਸਭ ਤੋਂ ਵੱਡੀ ਜ਼ਰੂਰਤ ਹੈ, ਕਿਉਂਕਿ ਸਾਡਾ ਜਿਹੜਾ ਸਿਸਟਮ, ਇਹ ਆਪਾਂ ਨੰਬਰ ਲੈਣ 'ਤੇ ਜਦੋਂ ਜ਼ਿਆਦਾ ਜ਼ੋਰ ਪਾਉਂਦੇ ਹਾਂ ਤਾਂ ਨੰਬਰ ਜ਼ਿਆਦਾ ਲੈਣ ਲਈ ਬੱਚਾ ਚਾਹੁੰਦੇ ਕਿ ਉਹ ਮੈਮੋਰਾਈਜ਼ ਕਰ ਲੈਂਦੇ, ਰੱਟਾ ਮਾਰ ਲੈਂਦੇ, ਉਹਦੇ ਲੈ ਕੇ ਨੰਬਰ ਲੈ ਲੈ, ਉਹਦੀ ਥਿੰਕਿੰਗ ਨਹੀਂ ਡਿਵੈਲਪ ਹੁੰਦੀ, ਉਹਦੀ ਆਪਣੀ ਸੋਚ ਨਹੀਂ ਡਿਵੈਲਪ ਹੁੰਦੀ। ਮੈਂ ਮੇਰੇ ਇੱਕ ਪਿੱਛੇ ਦੇ ਇੱਕ ਦੋਸਤ ਨੇ ਕਿਹਾ ਕਿ ਮੇਰੇ ਬੱਚੇ ਨੂੰ ਸਕੂਲ ਵਿੱਚ ਪ੍ਰੋਬਲਮ ਚਾਈਲਡ ਕਹਿੰਦੇ ਆ। ਮੈਂ ਪੁੱਛਿਆ ਜੀ, ਕਹਿੰਦੇ ਬੱਚੇ ਨੇ ਕੀ ਕੀਤਾ ਇਹਨੂੰ ਪ੍ਰੋਬਲਮ ਚਾਈਲਡ ਕਹਿੰਦੇ, ਤੇ ਟੀਚਰ ਕਹਿੰਦੇ ਵੀ ਇਹ ਸਵਾਲ ਬਹੁਤ ਪੁੱਛਦਾ, ਇਹ ਦਿਸ ਚਾਈਲਡ ਆਸਕਸ ਅ ਲੋਟ ਆਫ ਕੁਐਸਚਨਸ। ਤੁਸੀਂ ਟੀਚਰਸ ਕੋ ਵੀ ਪੁੱਛਿਓ ਵੀ ਅੱਛਾ ਬੱਚਾ ਕਿਹੋ ਜਿਹਾ ਹੁੰਦਾ, ਤੇ ਤੁਹਾਨੂੰ 9-10 ਚੋਂ 9 ਟੀਚਰ ਕਹਿਣਗੇ ਜਿਹੜਾ ਸਵਾਲ ਨਾ ਪੁੱਛੇ, ਜਿਹੜਾ ਚੁੱਕਾ ਨਾ ਬੈਠਾ, ਉਹ ਜਿਹੜਾ ਪੁੱਛੇ ਉਹ ਪ੍ਰੋਬਲਮ ਚਾਈਲਡ ਬਣ ਗਿਆ। ਜਦਕਿ ਸੋਚਣ ਦੀ ਗੱਲ ਇਹ ਹੈ ਕਿ ਜੇ ਆਈਜ਼ੈਕ ਨਿਊਟਨ ਨੇ ਸਵਾਲ ਨਾ ਪੁੱਛਿਆ ਹੁੰਦਾ ਕਿ ਸੇਬ ਥੱਲੇ ਕਿਉਂ ਆਇਆ, ਹਾਂਜੀ, ਇਹ ਉੱਪਰ ਕਿਉਂ ਨਹੀਂ ਗਿਆ, ਜੇ ਉਹਨੇ ਸਵਾਲ ਨਾ ਪੁੱਛਿਆ ਹੁੰਦਾ ਸਾਡੇ ਕੋਲ ਫਿਜ਼ਿਕਸ ਦੀਆਂ ਲਾਜ਼ ਅੱਜ ਨਹੀਂ ਸੀ ਹੋਣੀਆਂ। ਸੋ ਫਿਰ ਤੋਂ ਉਹ ਸੋਚ ਦੀ ਜ਼ਰੂਰਤ ਹੈ ਕਿ ਨਾ ਸਿਰਫ ਰੱਟਾ ਮਾਰ ਕੇ ਨੰਬਰ ਜ਼ਿਆਦਾ ਲੈਣ ਦੀ, ਕਿ ਉਹਨਾਂ ਦੀ ਥਿੰਕਿੰਗ ਡਿਵੈਲਪ ਹੋਏ। ਹੋ ਸਕਦਾ ਉਹਦੇ ਚੋਂ ਪੜ੍ਹਾਈ 'ਚ ਪਿੱਛੇ ਰਹਿ ਜਾਣ, ਨੰਬਰਾਂ ਦੀ ਦੌੜ 'ਚ ਪਿੱਛੇ ਰਹਿ ਜਾਣ, ਪਰ ਮੇਰਾ ਮੰਨਣਾ ਜ਼ਿੰਦਗੀ ਦੀ ਦੌੜ 'ਚੋਂ ਅੱਗੇ ਜਾਣ।